ਕਿ ਸਾਰਿਆਂ ਦੀਆਂ ਵੋਟਾਂ ਦੀ ਵੈਲਿਊ ਇੱਕੋ ਬਰਾਬਰ ਹੈ। ਫਿਰ ਪੰਜਾਬ ਵਿੱਚ 13 ਸੀਟਾਂ ਕਿਉਂ ਨੇ ਅਤੇ ਯੂਪੀ ਵਿੱਚ 80 ਸੀਟਾਂ ਕਿਉਂ ਨੇ? ਭਾਰਤ ਦੀ ਪਾਰਲੀਮੈਂਟ 'ਚ ਟੋਟਲ 545 ਸੀਟਾਂ ਕਿਉਂ ਨੇ? ਕਿਤੇ ਤਾਂ ਕਈ ਲੱਖ ਵੋਟਰ ਇੱਕ ਐਮ ਪੀ ਚੁਣਦੇ ਨੇ ਅਤੇ ਕਿਤੇ 50,000 ਲੋਕ ਇੱਕ ਐਮ ਪੀ ਚੁਣਦੇ ਨੇ। ਮੈਂ ਹਾਂ ਆਰਿਸ਼, BBC ਪੰਜਾਬੀ ਤੋਂ, ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਸ ਹਿਸਾਬ ਨਾਲ ਤੁਹਾਡੇ ਵੋਟ ਦੀ ਵੈਲਿਊ ਕੀ ਹੈ। 545 ਚੋਂ 543 ਸੀਟਾਂ 'ਤੇ ਹੀ ਇਲੈਕਸ਼ਨ ਹੁੰਦੀ ਹੈ, ਬਾਕੀ 2 ਸੀਟਾਂ ਲਈ ਐਮ ਪੀ ਨੋਮੀਨੇਟ ਕੀਤੇ ਜਾਂਦੇ ਨੇ। ਭਾਰਤ ਦੀ ਜਨਸੰਖਿਆ 130 ਕਰੋੜ ਹੈ। ਜੇ ਇਸ ਹਿਸਾਬ ਨਾਲ ਵੇਖੀਏ ਤਾਂ ਹਰ ਐਮ ਪੀ ਮਗਰ 24 ਲੱਖ ਨਾਗਰਿਕ ਆਉਂਦੇ ਨੇ। ਇਹ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੈ। UK ਵਿੱਚ 1 ਲੱਖ ਬੰਦੇ ਮਗਰ ਇੱਕ ਐਮ ਪੀ ਹੈ। ਹੁਣ ਜ਼ਰਾ ਭਾਰਤ ਦੇ ਅੰਦਰ ਆ ਜਾਂਦੇ ਹਾਂ। ਅਰਬ ਸਾਗਰ 'ਚ ਇੱਕ ਛੋਟੀ ਜਿਹੀ ਯੂਟੀ ਹੈ, ਲਕਸ਼ਦੀਪ। ਵੈਸੇ ਛੁੱਟੀਆਂ ਮਨਾਉਣ ਲਈ ਬਹੁਤ ਵਧੀਆ ਥਾਂ ਹੈ। ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਸਭ ਤੋਂ ਛੋਟੀ ਲੋਕ ਸਭਾ ਕੰਸਟੀਚੁਐਂਸੀ ਹੈ। ਇੱਥੇ ਕੁੱਲ ਵੋਟਰ 50,000 ਤੋਂ ਵੀ ਘੱਟ ਨੇ। ਸਭ ਤੋਂ ਵੱਡੀ ਕੰਸਟੀਚੁਐਂਸੀ ਹੈ ਮਲਕਾਜਗਿਰੀ, ਜੋ ਤੇਲੰਗਾਨਾ ਵਿੱਚ ਪੈਂਦੀ ਹੈ। ਇੱਥੇ 31 ਲੱਖ ਵੋਟਰ ਨੇ। ਜੇ ਇਸ ਤਰ੍ਹਾਂ ਵੇਖਿਆ ਜਾਵੇ ਤਾਂ ਲਕਸ਼ਦੀਪ ਦੇ 1 ਵੋਟਰ ਦੀ ਅਹਿਮੀਅਤ ਮਲਕਾਜਗਿਰੀ ਦੇ ਵੋਟਰ ਨਾਲੋਂ 64 ਗੁਣਾ ਵੱਧ ਹੈ। ਮੈਥ ਜ਼ਰਾ ਕੰਪਲੀਕੇਟਿਡ ਹੈ, ਸੌਖਾ ਕਰਦੇ ਹਾਂ। ਮੈਂ ਪੰਜਾਬ ਅਤੇ ਬਿਹਾਰ ਦਾ ਕੰਪੈਰੀਜ਼ਨ ਦੱਸਦਾ ਤੁਹਾਨੂੰ, ਤਾਂ ਤੁਹਾਨੂੰ ਬਿਹਤਰ ਸਮਝ ਆਏਗਾ। ਪੰਜਾਬ ਵਿੱਚ ਹਰ ਸੀਟ ਮਗਰ 16 ਲੱਖ ਵੋਟਰ ਨੇ ਔਨ ਐਨ ਐਵਰੇਜ। ਬਿਹਾਰ ਵਿੱਚ ਇਹੀ ਅੰਕੜਾ 25 ਲੱਖ ਹੈ। ਮਤਲਬ ਪੰਜਾਬ ਦੇ 1 ਵੋਟਰ ਦੀ ਵੋਟ ਬਿਹਾਰ ਦੇ 1 ਵੋਟਰ ਦੀ ਵੋਟ ਨਾਲੋਂ 1.5 ਗੁਣਾ ਵੈਲਿਊ ਰੱਖਦੀ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਹੌਲੀ ਹੌਲੀ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਗਈਆਂ। 1976 ਆਉਂਦਿਆਂ ਤੱਕ 543 ਹੋ ਗਈਆਂ। ਹੁਣ ਫਿਰ ਇਸ ਤੋਂ ਬਾਅਦ ਕਿਉਂ ਨਹੀਂ ਵਧੀਆਂ? ਐਕਚੁਅਲੀ ਉਸ ਵੇਲੇ 54 ਕਰੋੜ ਜਨਸੰਖਿਆ ਸੀ ਕੁੱਲ ਮਿਲਾ ਕੇ ਭਾਰਤ ਦੀ, ਤਾਂ ਹਰ 10 ਲੱਖ ਬੰਦੇ ਮਗਰ 1 ਸੀਟ ਬਣਦੀ ਸੀ। ਨਾਲ ਹੀ ਸੰਵਿਧਾਨ ਵਿੱਚ ਇਹ ਵੀ ਲਿਖ ਦਿੱਤਾ ਗਿਆ ਕਿ ਹੁਣ ਅਗਲੀ ਵਾਰੀ ਸੀਟਾਂ ਦੀ ਗਿਣਤੀ ਦਾ ਹਿਸਾਬ ਸਾਲ 2000 ਤੋਂ ਬਾਅਦ ਹੀ ਲਗਾਇਆ ਜਾਏਗਾ। ਇਸ ਬਾਰੇ ਅਸੀਂ ਇਤਿਹਾਸਕਾਰ ਹਰਜੇਸ਼ਵਰ ਪਾਲ ਸਿੰਘ ਨਾਲ ਗੱਲ ਕੀਤੀ। ਉਹ ਜਿਹੜੀਆਂ ਸਾਊਥ ਦੀਆਂ ਸਟੇਟਾਂ ਸੀਗੀਆਂ, ਉਹਨਾਂ ਦਾ ਲੌਜਿਕ ਇਹ ਸੀ ਕਿ ਅਸੀਂ ਕਿਉਂਕਿ ਡਿਵੈਲਪਮੈਂਟ ਵਾਲੇ ਪਾਸੇ ਜ਼ਿਆਦਾ ਜਾ ਰਹੇ ਹੈਗੇ ਆ, ਪਾਪੂਲੇਸ਼ਨ ਨੂੰ ਕੰਟਰੋਲ ਕਰ ਰਹੇ ਹੈਗੇ ਆ, ਸੋ ਉਸ ਕਰਕੇ ਸਾਨੂੰ ਇੱਕ ਇਹ ਇਨਸੈਂਟਿਵ ਹੋਣਾ ਚਾਹੀਦਾ ਕਿ ਸਾਡੀ ਜਿਹੜੀ ਲੋਕ ਸਭਾ ਦੇ ਵਿੱਚ ਰੀਪ੍ਰਜੈਂਟੇਸ਼ਨ ਆ ਉਹ ਨਾ ਘੱਟ ਜਾਵੇ। ਉਹ ਸਟੇਟਾਂ ਜਿਵੇਂ ਬਿਹਾਰ, UP, ਵੈਸਟ ਬੰਗਾਲ ਆਦਿ, ਜਿਹਨਾਂ ਦਾ ਜਿਹੜੇ ਪਾਪੂਲੇਸ਼ਨ 'ਤੇ ਕੰਟਰੋਲ ਨਹੀਂ ਕਰ ਸਕੀਆਂ, ਉਹ ਜੇ ਉਹਨਾਂ ਨੂੰ ਤੁਸੀਂ ਇਨਸੈਂਟਿਵ ਦਿੰਦੇ ਹੋ ਲਗਾਤਾਰ, ਤਾਂ ਫਿਰ ਸਾਡਾ ਜਿਹੜਾ ਹੈਗਾ ਹਿੰਦੁਸਤਾਨ ਦੀ ਡਿਸੀਜਨ ਮੇਕਿੰਗ ਦੇ ਵਿੱਚ ਰੋਲ ਘੱਟ ਜਾਵੇਗਾ। ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਫ੍ਰੀਜ਼ ਕੀਤਾ ਗਿਆ। ਜਦੋਂ ਸਾਰੇ ਮਾਮਲੇ ਨੂੰ ਇੱਕ ਵਾਰੀ ਫਿਰ ਵੇਖਣ ਦਾ ਮੌਕਾ ਆਇਆ ਤਾਂ ਸਰਕਾਰ ਨੇ ਸੰਨ 2001 ਵਿੱਚ ਇੱਕ ਵਾਰੀ ਫਿਰ ਸੰਵਿਧਾਨ ਵਿੱਚ ਬਦਲਾਅ ਕੀਤਾ ਅਤੇ ਸਾਰੇ ਮਾਮਲੇ ਨੂੰ ਸੰਨ 2026 ਤੱਕ ਅਗਾਂਹ ਤੱਕ ਦਿੱਤਾ। ਇੱਕ ਰਿਸਰਚ ਕਹਿੰਦੀ ਹੈ ਕਿ ਜੇ ਵਾਕਈ ਸਾਲ 2026 ਤੋਂ ਬਾਅਦ ਸੀਟਾਂ ਨੂੰ ਦੁਬਾਰਾ ਵੇਖਿਆ ਗਿਆ ਤਾਂ ਕੁੱਲ ਗਿਣਤੀ 543 ਤੋਂ 548 ਹੋ ਜਾਏਗੀ। ਸਿਰਫ 5 ਹੀ ਵਧਣਗੀਆਂ, ਪਰ ਅਸਲ ਮਾਮਲਾ ਤਾਂ ਸੂਬਾ ਦਰ ਸੂਬਾ ਡਿਵੀਜ਼ਨ ਦਾ ਹੈ। ਪੰਜਾਬ ਦੀਆਂ ਸੀਟਾਂ 13 ਤੋਂ 12 ਹੋ ਜਾਣਗੀਆਂ, ਅਤੇ ਜੇ ਇਹ ਕੀਤਾ ਗਿਆ ਤਾਂ UP ਦੀਆਂ ਸੀਟਾਂ 80 ਤੋਂ 96 ਹੋ ਜਾਣਗੀਆਂ, ਕਿਉਂਕਿ ਉੱਥੇ ਆਬਾਦੀ ਪੰਜਾਬ ਨਾਲੋਂ ਅਤੇ ਨੈਸ਼ਨਲ ਐਵਰੇਜ ਨਾਲੋਂ ਤੇਜ਼ੀ ਨਾਲ ਵੱਧਦੀ ਹੈ। ਕਿ ਅੰਕੜੇ ਸਾਰੀ ਕਹਾਣੀ ਬਿਆਨ ਕਰ ਸਕਦੇ ਨੇ? ਇਸ ਬਾਰੇ ਵੀ ਅਸੀਂ ਪ੍ਰੋਫੈਸਰ ਹਰਜੇਸ਼ਵਰ ਨਾਲ ਗੱਲ ਕੀਤੀ। ਉਹਨਾਂ ਦੀ ਇੱਕ ਦਲੀਲ ਤਾਂ ਇਹ ਹੈ ਕਿ ਜਨਸੰਖਿਆ ਨੂੰ ਕੰਟਰੋਲ ਕਰਨ ਵਾਲਾ ਲੌਜਿਕ ਅੱਜ ਵੀ ਲਾਗੂ ਹੁੰਦਾ ਹੈ। ਦੂਜਾ ਉਹ ਐਗਜ਼ਾਮਪਲ ਦਿੰਦੇ ਨੇ ਅਮਰੀਕਾ ਦਾ। ਅਮਰੀਕਾ ਵਿੱਚ ਜਿਹੜਾ ਲੋਅਰ ਹਾਊਸ ਹੈ, ਜਿਵੇਂ ਸਾਡੇ ਇੱਥੇ ਲੋਕ ਸਭਾ ਅਤੇ ਉਹਨਾਂ ਦੇ ਉੱਥੇ ਹਾਊਸ ਆਫ ਰੈਪ੍ਰਜੈਂਟੇਟਿਵਸ, ਉਹਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਤਾਂ ਜਨਸੰਖਿਆ ਦੇ ਹਿਸਾਬ ਨਾਲ ਨੇ, ਪਰ ਜਿਹੜਾ ਉੱਪਰਲਾ ਸਦਨ ਹੈ ਮਤਲਬ ਸੈਨੇਟ, ਜਿਵੇਂ ਸਾਡੇ ਇੱਥੇ ਰਾਜ ਸਭਾ, ਉਹਦੇ ਵਿੱਚ ਹਰ ਸੂਬੇ ਨੂੰ 2 ਸੀਟਾਂ ਮਿਲਦੀਆਂ ਨੇ, ਭਾਵੇਂ ਉਹਦੀ ਜਨਸੰਖਿਆ ਜ਼ਿਆਦਾ ਹੋਵੇ ਘੱਟ ਹੋਵੇ,
ਤੇਜ਼ ਵੱਧਦੀ ਹੋਵੇ ਜਾਂ ਘੱਟ ਰਹੀ ਹੋਵੇ। ਇਸ ਨਾਲ ਇੱਕ ਬੈਲੈਂਸ ਅਚੀਵ ਹੋ ਸਕਦਾ। ਖੈਰ, ਵੋਟ ਦੀ ਵੈਲਿਊ 'ਤੇ ਬਹਿਸ ਚੱਲਦੀ ਰਹੇਗੀ, ਪਰ ਵੋਟ ਪਾਉਣਾ ਜ਼ਰੂਰੀ ਹੈ। ਅਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋਵੇਗਾ। ਜੇ ਤੁਸੀਂ ਇਸ ਨੂੰ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਾਡੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਪੇਜਸ 'ਤੇ ਵੀ ਜ਼ਰੂਰ ਆਓ ਅਤੇ ਸਾਡੀ ਵੈਬਸਾਈਟ bbc.com/punjabi ਨੂੰ ਵੀ ਵਿਜ਼ਿਟ ਜ਼ਰੂਰ ਕਰੋ। ਧੰਨਵਾਦ।